ਮਾਰਨਿੰਗ, ਸਤਿ ਸ਼੍ਰੀ ਅਕਾਲ। ਬਾਹਰ ਦਾ ਮੌਸਮ ਦੇਖੋ ਕਿੰਨਾ ਵਧੀਆ, ਕਿੰਨੀ ਹਵਾ ਚੱਲ ਰਹੀ ਹੈ। ਰਾਤੀ ਇੰਨਾ ਮੀਂਹ ਪਿਆ, ਇੰਨਾ ਮੀਂਹ ਪਿਆ ਨਾ, ਮੀਂਹ ਨੇ ਐ ਤਾਂ ਰਾਤੀ ਸਾਨੂੰ ਡਰਾ ਕੇ ਰੱਖ ਦਿੱਤਾ। ਇੰਨੀ ਬਿਜਲੀ ਕੜਕੀ ਨਾ, ਇੰਨਾ ਬੱਦਲ ਗਰਜਿਆ, ਪਤਾ ਨੀ ਕਿੱਥੇ ਰਾਤੀ 1 ਵਜੇ ਕਿਧਰੇ ਬਿਜਲੀ ਗਿਰੀ ਸੀ, ਬਹੁਤ ਤਿੱਖੀ ਬਿਜਲੀ ਸੀਗੀ, ਡਿੱਗੀ, ਪਤਾ ਨੀ ਕਿੱਥੇ ਨੁਕਸਾਨ ਹੋਇਆ ਹੋਣਾ ਹੈ। ਤਾਂ ਡਰ ਗਏ, 1 ਵਜੇ ਮੈਂ ਇੱਕਦਮ ਉੱਠੀ, ਮੈਂ ਕਿਹਾ ਪਤਾ ਨੀ ਕਿੱਥੇ ਬਿਜਲੀ ਗਿਰੀ ਹੈ, ਵੀ ਨੇੜੇ ਹੀ ਲੱਗਦਾ ਸੀਗਾ ਵੀ ਕਿਧਰੇ ਨਾ ਨੇੜੇ ਜਿਹੀ ਬਿਜਲੀ ਗਿਰੀ ਹੁੰਦੀ ਹੈ। ਬਹੁਤ ਜ਼ਬਰਦਸਤ ਆਵਾਜ਼ ਆਈ ਸੀਗੀ। ਤਾਂ ਬਾਹਰ ਬਹੁਤ ਹਵਾ ਚੱਲੀ ਜਾ ਰਹੀ ਹੈ, ਬਹੁਤ ਬੱਦਲ ਹੋਇਆ ਪਿਆ ਹੈ। ਚਲੋ ਬ੍ਰੇਕਫਾਸਟ ਦੀ ਕਰਦੇ ਹਾਂ ਤਿਆਰੀ, ਡਾਕਟਰ ਸਾਹਿਬ ਵੀ ਤਿਆਰ ਹੋ ਰਹੇ ਨੇ। ਦੇਖਾਂ, ਮੈਂ ਰਾਤ ਦਹੀਂ ਲਾਇਆ ਸੀਗਾ, ਦਹੀਂ ਜੰਮ ਗਿਆ ਕਿ ਨਹੀਂ ਦੇਖਦੇ ਹਾਂ। ਆ ਲਓ ਜੀ, ਦਹੀਂ ਮੇਰਾ ਬਹੁਤ ਵਧੀਆ ਜੰਮਿਆ ਹੋਇਆ, ਦਹੀਂ ਤਾਂ ਆਪਣਾ ਪੂਰਾ ਵਧੀਆ ਜੰਮ ਗਿਆ। ਵਾਹ, ਚਲੋ ਬ੍ਰੇਕਫਾਸਟ ਬਣਾ ਲਿਆ ਹੁਣ, ਰੋਟੀ ਰਾਟੀ। ਮੈਂ ਸੋਚਦੀ ਹਾਂ ਅੱਜ ਮਿੱਸੀ ਰੋਟੀ ਬਣਾ ਲੈਂਦੇ ਹਾਂ, ਬੇਸਣ ਵਗੈਰਾ ਪਾ ਕੇ ਮਿੱਸੀ ਰੋਟੀ ਬਣਾਉਂਦੇ ਹਾਂ। ਮੱਕੀ ਦਾ ਆਟਾ ਹੈ ਨਹੀਂ ਗਾ, ਹੁਣ ਲੈ ਕੇ ਆਉਂਦੇ, ਹੁਣ ਮੌਸਮ ਜਿਹਾ ਹੋ ਗਿਆ ਮੱਕੀ ਦਾ ਆਟਾ ਰੋਟੀਆਂ ਖਾਣ ਦਾ ਨਾ ਮਿੱਸੀਆਂ, ਅਤੇ ਅੱਜ ਕਹਿੰਦੇ ਹਾਂ ਡਾਕਟਰ ਸਾਹਿਬ ਨੂੰ ਮੱਕੀ ਦਾ ਆਟਾ ਲੈ ਕੇ ਆਉਂਗੇ। ਮੈਂ ਬੇਸਣ ਪਾ ਕੇ ਬਣਾਉਂਦੀ ਹਾਂ ਹੁਣ ਮਿੱਸੀ ਰੋਟੀ। ਆਹ ਵਾਲਾ ਆਟਾ ਪਾਉਂਦੀ ਹਾਂ, ਇਹ ਮਿਕਸ ਆਟਾ ਹੈਗਾ ਹੈ। ਇਹ ਹੈਗਾ ਜੀ ਮਿਕਸ ਆਟਾ ਹੈ, ਅਤੇ ਵਿੱਚ ਪਾ ਦਿੰਦੇ ਆਪਾਂ ਬੇਸਣ। ਇੱਕ ਪਿਆਜ਼ ਅਤੇ ਹਰੀ ਮਿਰਚ ਵੀ ਆਪਾਂ ਚੌਪ ਕਰ ਲੈਂਦੇ ਹਾਂ। ਹੁਣ ਆਪਾਂ ਪਾਵਾਂਗੇ ਜੀ ਚੌਪ ਕੀਤਾ ਪਿਆਜ਼ ਅਤੇ ਹਰੀਆਂ ਮਿਰਚਾਂ, ਥੋੜ੍ਹਾ ਨਮਕ, ਥੋੜ੍ਹੀ ਕਲਰ ਲਈ ਹਲਦੀ, ਜੀਰਾ, ਥੋੜ੍ਹੀ ਅਜਵੈਣ, ਥੋੜ੍ਹਾ ਧਨੀਆ, ਫਰੈਸ਼ ਫਰੈਸ਼ ਧਨੀਆ, ਥੋੜ੍ਹੀ ਜਿਹੀ ਆਪਣੇ ਕੋਲ ਨਾ ਦਾਲ ਪਈ ਹੈ, ਆਪਾਂ ਥੋੜ੍ਹੀ ਦਾਲ ਪਾ ਲੈਣੀ ਹੈ ਵਿੱਚ, ਇਹਦੇ ਮਿਕਸ ਕਰ ਲੈਂਦੇ ਹਾਂ। ਦਾਲ ਦੇ ਨਾਲ ਹੀ ਆਟਾ ਗੁੰਨ ਲਵਾਂਗੇ। ਲਓ ਜੀ ਆਪਣਾ ਆਟਾ ਗੁੰਨਿਆ ਗਿਆ, ਅਤੇ ਚਲੋ ਜੀ ਹੁਣ ਆਪਾਂ ਰੋਟੀ ਬਣਾਉਂਦੇ ਹਾਂ।
ਜੀ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਦੇਵਾਂ ਰੋਟੀ, ਕਿਉਂਕਿ ਉਹਨਾਂ ਨੇ ਫਿਰ ਆਪਣਾ ਕਲੀਨਿਕ ਜਾਣਾ ਹੈ, ਅਤੇ ਪਹਿਲਾਂ ਉਹਨਾਂ ਨੂੰ ਬ੍ਰੇਕਫਾਸਟ ਦੇ ਦੇਵਾਂ, ਬਾਕੀ ਦੀ ਫਿਰ ਬਣਾਉਣੀ ਆ। ਹੈਲੋ, ਦਹੀਂ ਖੱਟਾ ਤਾਂ ਨਹੀਂ ਗਾ? ਠੀਕ ਹੈ, ਹਾਂ ਫਿਰ ਵਧੀਆ ਜੰਮਿਆ ਦਹੀਂ ਤਾਂ। ਲਓ ਜੀ, ਮੀਂਹ ਪੈਣਾ ਫਿਰ ਸ਼ੁਰੂ ਹੋ ਗਿਆ ਹੈ। ਹਾਂਜੀ, ਮੈਂ ਪਹਿਲਾਂ ਬਲਿੰਕਿਟ ਤੋਂ ਸਮਾਨ ਮੰਗਵਾਇਆ ਸੀ ਥੋੜ੍ਹਾ ਜਿਹਾ, ਅਤੇ ਆ ਗਿਆ ਹੈ ਹੁਣ 15 ਮਿੰਟਾਂ ਦੇ ਵਿੱਚ ਬਲਿੰਕਿਟ ਤੋਂ ਸਮਾਨ ਆ ਗਿਆ ਮੇਰਾ। ਥੋੜ੍ਹਾ ਜਿਹਾ ਗਰੋਸਰੀ ਦਾ ਹੈਗਾ ਸੀਗਾ ਸਮਾਨ ਮੰਗਵਾਉਣਾ ਮੈਂ। ਦੇਖੋ, ਇੱਕ ਮੈਂ ਆਹ ਡਾਕਟਰ ਸਾਹਿਬ ਕਹਿੰਦੇ ਅੱਗੇ ਅਸੀਂ ਨਾ ਅਗਨੀ ਚਾਹ ਵਰਤਦੇ ਹੁੰਦੇ ਹਾਂ, ਇਸ ਵਾਰ ਅਸੀਂ ਬਰੁੱਕ ਬੌਂਡ ਦੀ ਤਾਜ਼ਾ ਚਾਹ ਮੰਗਵਾਈ ਹੈ, 1 ਕਿਲੋ ਦਾ ਪੈਕਟ ਆ। ਹਾਂ, ਆਹ ਵੀ ਮੈਂ ਫਸਟ ਟਾਈਮ ਮੰਗਵਾਇਆ, ਪਤੰਜਲੀ ਦਾ ਡਿਸ਼ ਵਾਸ਼ ਜਿਹੜੇ ਹੁੰਦੇ ਆ ਇਹ 2 ਬਾਏ 3 ਗੈਟ 1 ਫ੍ਰੀ, ਅਤੇ ਇੱਕ ਆਹ ਮੰਗਵਾਇਆ ਅਤੇ ਇਹ ਮੰਗਵਾਏ ਸੀਗੇ ਮੈਂ। ਗਾਰਨੀਅਰ ਦੀ ਛੋਟੀ ਪੈਕਿੰਗ ਮੰਗਵਾਈ ਹੈ। ਵੇਰਕਾ ਦਾ ਦਹੀਂ, ਇੱਕ ਕੈਬੇਜ, ਬੰਦ ਗੋਭੀ ਦਾ ਫੁੱਲ ਮੰਗਵਾਇਆ ਇੱਕ ਮੈਂ, ਇੱਕ ਇਹ ਮੰਗਵਾਇਆ ਸੀਗਾ ਮੈਂ ਗਲਾਸ ਕਲੀਨਰ। ਚਲੋ, ਮੇਰੇ ਲਈ ਤਾਂ ਬਹੁਤ ਵਧੀਆ ਸਹੂਲਤ ਹੈ ਇਹ ਬਲਿੰਕਿਟ ਦੀ। ਕਈ ਵਾਰ ਡਾਕਟਰ ਸਾਹਿਬ ਕਹਿੰਦੇ ਨੇ ਤੂੰ ਆਪ ਜਾ ਕੇ ਲੈ ਆ, ਹੁਣ ਮੈਨੂੰ ਚਲੋ ਸੌਖਾ ਹੋ ਗਿਆ, ਮੈਂ ਮੰਗਵਾ ਲੈਂਦੀ ਨੇ ਇੱਥੇ ਹੀ ਔਡਰ ਕਰਕੇ। ਇਹ ਜੀ ਲੰਬੇ ਬਤਾਊਂ ਡਾਕਟਰ ਸਾਹਿਬ ਲੈ ਕੇ ਆਏ ਸੀ ਉੱਥੋਂ ਆਪਣੇ ਕਲੀਨਿਕ ਵਾਲੇ ਗਾਰਡਨ ਤੋਂ ਤੋੜ ਕੇ। ਦੇਖੋ, ਔਰਗੈਨਿਕ ਸਬਜ਼ੀ, ਅਤੇ ਇਹ ਵੀ ਆਪਣੀ ਰਾਮ ਤੋਰੀ ਜਿਹੜੀ ਹੈਗੀ ਉੱਥੋਂ ਹੀ ਲੈ ਕੇ ਆਏ ਹੈ। ਉੱਥੇ ਇਸ ਵਾਰ ਨਾ ਬਹੁਤ ਘੱਟ ਲੱਗ ਰਹੀਆਂ ਨੇ, ਪਤਾ ਨਹੀਂ ਕਿਉਂ ਰਾਮ ਤੋਰੀ ਲੱਗ ਹੀ ਨਹੀਂ ਰਹੀ ਹੈਗੀ, ਅਤੇ ਆਹ ਲੱਗੀਆਂ ਨੇ। ਦੇਖੋ, ਵੈਸੇ ਜਦ ਲੱਗਣ ਲੱਗਦੀਆਂ ਨੇ ਤਾਂ ਫਿਰ ਬਹੁਤ ਲੰਬੀਆਂ ਰਾਮ ਤੋਰੀਆਂ ਹੁੰਦੀਆਂ, ਅਤੇ ਡਾਕਟਰ ਸਾਹਿਬ ਕਹਿੰਦੇ ਇਸ ਵਾਰ ਨਹੀਂ ਖਾਸ ਲੱਗ ਰਹੀਆਂ ਹੈਗੀਆਂ, ਅਤੇ ਆਹ ਲੈ ਕੇ ਆਏ ਨੇ ਥੋੜ੍ਹੀਆਂ ਜਿਹੀਆਂ ਤੋੜ ਕੇ। ਚਲੋ, ਸਾਡੇ ਲਈ ਦੋਨਾਂ ਲਈ ਬਹੁਤ ਨੇ, ਦੇਖਦੇ ਹਾਂ ਅੱਜ ਮੈਂ ਰਾਮ ਤੋਰੀ ਬਣਾਉਣੀ ਆ। 3 ਆਪਾਂ ਆਲੂ ਪਾਵਾਂਗੇ ਜੀ, ਰਾਮ ਤੋਰੀਆਂ ਆਪਾਂ ਛਿੱਲ ਲਈਆਂ ਨੇ। ਚਲੋ ਜੀ, ਪਿਆਜ਼ ਵਗੈਰਾ ਵੀ ਮੈਂ ਕੱਟ ਲਿਆ ਹੈ, ਸਬਜ਼ੀ ਵੀ ਆਪਣੀ ਕੱਟ ਲਈ ਹੈ, ਅਤੇ ਲਗਾਉਂਦੇ ਜੀ ਆਪਾਂ ਤੜਕਾ ਆਪਣੇ ਸਰ੍ਹੋਂ ਦੇ ਤੇਲ ਦੇ ਵਿੱਚ।
ਤੱਕ ਆਪਣੀ ਸਬਜ਼ੀ ਬਣਦੀ ਆ ਆਪਾਂ ਆਟਾ ਗੁੰਨਾਂਗੇ। ਲੋ ਜੀ ਸਬਜ਼ੀ ਵੀ ਆਪਣੀ ਬਣ ਗਈ ਹੈ। ਲਓ ਜੀ ਆਪਣੀਆਂ ਰੋਟੀਆਂ ਵੀ ਬਣ ਗਈਆਂ ਨੇ। ਅਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹੈਲੋ ਜੀ, ਹਾਂਜੀ ਮੈਂ ਲੱਗੀ ਸੀਗੀ ਜੀ ਵਲੋਗ ਦਾ ਐਂਡ ਕਰਨ, ਅਤੇ ਮੈਨੂੰ ਹੁਣੀ ਆਪਣੀ ਇੱਕ ਨਾ ਬਹੁਤ ਹੀ ਵੱਡੀ ਮੈਨੂੰ ਖੁਸ਼ਖਬਰੀ ਮਿਲੀ ਹੈ। ਅਤੇ ਖੁਸ਼ਖਬਰੀ ਕਿਹੜੀ ਹੈਗੀ ਹੈ ਉਹ ਮੈਂ ਜਿਸ ਅਗਲੇ ਵਲੋਗ ਦੇ ਵਿੱਚ ਹੀ ਦੱਸਾਂਗੀ, ਕਿਉਂਕਿ ਫਿਰ ਨਾ ਮੇਰੀ ਵੀਡੀਓ ਲੰਬੀ ਹੋ ਜਾਣੀ ਹੈ। ਅਤੇ ਹੁਣ ਮੈਂ ਵੀਡੀਓ ਦਾ ਤਾਂ ਐਂਡ ਕਰਨ ਲੱਗੀ ਸੀ। ਨੈਕਸਟ ਵਲੋਗ ਦੇ ਵਿੱਚ ਮੈਂ ਦੱਸਾਂਗੀ ਕਿਹੜੀ ਵੱਡੀ ਖੁਸ਼ਖਬਰੀ ਹੈਗੀ ਹੈ। ਤੁਸੀਂ ਜ਼ਰੂਰ ਜ਼ਰੂਰ ਵਾਚ ਕਰਨਾ ਹੈ ਜੀ ਨੈਕਸਟ ਵੀਡੀਓ ਨੂੰ, ਅਤੇ ਹਮੇਸ਼ਾ ਮੇਰਾ ਸਾਥ ਦੇਣ ਦੇ ਲਈ ਸਾਰਿਆਂ ਦਾ ਬਹੁਤ ਹੀ ਬਹੁਤ ਧੰਨਵਾਦ। ਅਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ, ਲਾਈਕ ਅਤੇ ਕਮੈਂਟਸ ਵਗੈਰਾ ਵੀ ਜ਼ਰੂਰ ਕਰ ਦਿਆ ਕਰੋ। ਚਲੋ ਜੀ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ। ਪਰਮਾਤਮਾ ਸਾਰਿਆਂ ਨੂੰ ਹਮੇਸ਼ਾ ਹੱਸਦੇ ਵੱਸਦੇ ਖੁਸ਼ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ।